ਮੈਂ ਤੁਹਾਨੂੰ ਤਾਂ ਹੀ ਨਹੀਂ ਗੱਡੀ ਦੇ ਚਾਬੀਆਂ ਫੜਾਉਂਦਾ, ਮੈਨੂੰ ਪਤਾ ਤੁਸੀਂ ਕੇਅਰ ਤਾਂ ਕਰਦੇ ਨਹੀਂ, ਤੁਸੀਂ ਜਦੋਂ ਆਪਣੀ ਕੇਅਰ ਨਹੀਂ ਕਰ ਸਕਦੇ ਉਹ ਹੁਣ ਤੂੰ ਗੱਡੀ ਕੇਅਰ ਕਰੋਗੇ ਆਗ ਲੈਣਾ ਇੱਧਰ ਓਏ ਚਾਹ ਇੱਥੇ ਬੈਠ ਬੈਠ ਸਮੋਸੇ ਕਿੱਥੇ ਨੇ ਸਮੋਸੇ 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 ਵੈਰੀ ਗੁੱਡ ਚੱਲ ਚੱਲ ਬਾਬਿਓ ਸਮਾਨ ਹੋ ਗਿਆ ਪੈਕ ਕਰ ਲਿਆ ਸਾਰਾ ਕੁਛ ਟੇਚੀਆਂ ਟੂਚੀਆਂ ਚੱਕ ਲੀਆਂ ਹੁਣ ਚਾਲੇ ਪਾਉਂਦੇ ਆ ਵਤਨ ਵਾਪਸੀ ਕਰਦੇ ਆ ਆਪਦੇ ਪੰਜਾਬ ਨੂੰ ਬਥੇਰਾ ਘੁੰਮ ਲਏ ਬਥੇਰਾ ਕੰਮ ਕਰ ਲਿਆ ਬਥੇਰਾ ਖਾ ਪੀ ਲਿਆ ਸਾਡੇ ਰਹਿਣ ਯੋਗ ਦੇਸ਼ ਨਹੀਂ ਹੈਗਾ ਇਹ ਕੈਨੇਡਾ ਕੀ ਕਰੀਏ ਕਿਉਂ ਪਟਵਾਰੀ ਹੈ ਤੇ ਬਸ ਮਿਲਦੇ ਛੇਤੀ ਜਲਦੀ ਜਲਦੀ ਆ ਗਏ ਬਸ ਪੰਜ ਚਾਰ ਦਿਨ ਦੇ ਵਿੱਚ ਕਰੋ ਇੰਤਜ਼ਾਰ ਫਿਰ ਸਵਾਗਤ ਕਰੋ ਸਾਡਾ ਸਵਾਗਤ ਗਾਲਾਂ ਗੂਲਾਂ ਨਾਲ ਸਵਾਗਤ ਕਰੀਓ ਹਾਰਾਂ ਨਾਲ ਨਹੀਂ ਗੱਡੀ ਇਹ ਬੰਦੇ ਨੇ ਧੁੱਪੇ ਖੜਾਤੀ ਅਗਲੀ ਵਾਰ ਮੈਂ ਡਰਾਈਵਰ ਬਦਲੂਆਂ ਬਾਈ ਓਏ ਠੀਕ ਹੈ ਕਹਿ ਕੇ ਗਾਲਾਂ ਗੂਲਾਂ ਕੱਢ ਕੇ ਉਹਨੂੰ ਕਿਹਾ ਮਾਂ ਬਾਈ ਗੱਡੀ ਸ਼ੌਂਚ ਲਾ ਕੇ ਆ ਹਾਂ ਐਡਾ ਪੁੱਠਾ ਬੰਦਾ ਇੱਥੇ ਧੁੱਪ ਚਲਾਈ ਹੋਈ ਗੱਡੀ ਸੀਸੇ ਬੰਦ ਟਾਕੀਆਂ ਬੰਦ ਨੇ ਸਾਰਾ ਕੁਛ ਅੰਦਰ ਗਰਮੈਸ਼ ਗਰਮੈਸ਼ ਭਾਂ ਬਣ ਜੂ ਭਾਂ ਜੋ ਪੜਾਕਾ ਪੈ ਸਕਦਾ ਮਸ਼ੀਨਰੀ ਦਾ ਜਦੋਂ ਬੈਠਾਂਗੇ ਬਾਈ ਤਾਪਮਾਨ ਵਧੂਆ ਸਾਨੂੰ ਵੀ ਟੈਕ ਟੂਕ ਆ ਸਕਦਾ ਹੈਗਾ ਦਿਲ ਕਹਿ ਰਿਹਾ ਹੈ ਆਜ ਕੁਛ ਨਯਾ ਕਰਤੇ ਹੈ ਬਾਬੇ ਉਹ ਰੁਕਿਆ ਇੱਥੇ ਤੇ ਲੈ ਕੇ ਜਾਵਾਂਗੇ ਪੰਜਾਬੀ ਸਮੋਸੇ ਵੈਜ ਤੇ ਨੌਨ ਵੈਜ ਬਾਬੇ ਆਪਾਂ ਕਹਿੰਦੇ ਨਹੀਂ ਵੈਜ ਤੇ ਨੌਨ ਵੈਜ ਵੀ ਨੌਨ ਵੈਜ ਅੱਡ ਕਰ ਦਿਓ ਨੌਨ ਵੈਜ ਨਹੀਂ ਹੁੰਦੇ ਹੈਗੇ ਉਰੇ ਸਿਰਫ ਨੌ ਹੈ ਵੀ ਵੈਜ ਤੇ ਨੌਨ ਵੈਜ ਕਿਉਂ ਇੱਕੋ ਤੇਲ ਹੁੰਦਾ ਉਹਦੇ ਵਿੱਚ ਫਰਾਈ ਕਰੇ ਹੋਏ ਹੁੰਦੇ ਜੇ ਆਪਾਂ ਦੇਖੀਏ ਜਿਹੜੇ ਬੰਦੇ ਕਹਿੰਦੇ ਬੰਦੇ ਸਮਝ ਉਹਨਾਂ ਵਾਸਤੇ ਜਾਂ ਕੋਈ ਬੰਦਾ ਕੋਈ ਵੈਸ਼ਨੂੰ ਹੁੰਦਾ ਗਾ ਉਹਨਾਂ ਵਾਸਤੇ ਵੀ ਸਮਝੇ ਬੰਦਾ ਵੈਸ਼ਨੂੰ ਹੈ ਵੀ ਇਹਨੇ ਵੈਜੇ ਖਾਣਾ ਹੈਗਾ ਉਹ ਇੱਕੋ ਤੇਲ ਹੁੰਦਾ ਉਹਦੇ ਵਿੱਚ ਫਰਾਈ ਕਰੇ ਹੋਏ ਹੁੰਦੇ ਨੇ ਇਹ ਸਿਰਫ ਵਹਿਮ ਹੁੰਦਾ ਹੈਗਾ ਵੀ ਵੈਜ ਤੇ ਨੌਨ ਵੈਜ ਇਹ ਲਿਖਤੀ ਰੂਪ ਦੇ ਵਿੱਚ ਹੁੰਦਾ ਵੈਜ ਔਰ ਨੌਨ ਵੈਜ ਤੇ ਫਰਾਈ ਵੇੜੇ ਕੋਈ ਉਹ ਨਹੀਂ ਬਾਬੇ ਉਹ ਵਿੱਚੇ ਚੱਲਦਾ ਸਾਰਾ ਕੁਝ ਮਿਕਸ ਹੁੰਦਾ ਹੈਗਾ ਬਾਬੇ ਲੈਫਟ ਸਾਈਡ ਪੀਜ਼ਾ ਇੰਡੀਅਨ ਕਾਜ਼ਨ ਤੇ ਇੱਥੇ ਆਪਾਂ ਸਮੋਸੇ ਲੈ ਕੇ ਚੱਲਾਂਗੇ ਇੱਥੋਂ ਦੇਖਦਾ ਵੀ ਕਿਹੋ ਜਿਹਾ ਟੈਸਟ ਕਹਿ ਦਿੰਦਾ ਅੱਜ ਇੱਥੇ ਪਹਿਲੀ ਵਾਰ ਖੜਿਆ ਵੈਸੇ ਪਿਛਲੀ ਸਾਈਡ ਤੋਂ ਜਾ ਕੇ ਉੱਥੋਂ ਲਿਆ ਕਰਦੇ ਬਾਹਲੇ ਟੇਸਟੀ ਹੋਇਆ ਕਰਦੇ ਇੱਥੇ ਪਹਿਲੀ ਵਾਰ ਖੜਿਆ ਆਪਾਂ ਦੇਖਾਂਗੇ ਵੀ ਕਿਵੇਂ ਸਵਾਦ ਨੇ ਲੂਣ ਮਿਰਚ ਦੇਖਾਂਗੇ ਕੀ ਬਣਦਾ ਕਿਤੇ ਦੋ ਸਮੋਸੇ ਨੂੰ ਕਿਹਾ ਹੀ ਪਹਿਲਾਂ ਲੂਣ ਮਿਰਚ ਚੈੱਕ ਕਰਾਓ ਫਿਰ ਦੱਸਾਂਗੇ ਕਿਵੇਂ ਆ ਕਿਵੇਂ ਜਾਣਾ ਸਮੋਸੇ ਫਿਰ ਚਾਰ ਬੰਦੇ ਆਪਾਂ ਚਾਰ ਬੰਦੇ ਨੂੰ ਅੱਠ ਸਮੋਸੇ ਕਰਾਏ ਨੇ ਤੇ ਇੱਕ ਬੋਤਲ ਚੈਲਡ ਕੋਕ ਬਾਈ ਬਾਗੋ ਬਾਗ ਹੋ ਗਏ ਤੇਰੀ ਸੌ ਨਿਹਾਲ ਹੋ ਗਿਆ ਹਾ ਰੂਹ ਖਿੜ ਗਈ ਸਮੋਸੇ ਖਾਵਾਂਗੇ ਠੰਡਾ ਪੀਵਾਂਗੇ ਗਲ ਗੁਲ ਖਰਾਬ ਕਰਾਏ ਕੋਈ ਚੱਕਰੀ ਨਾ ਆਵਾਂਗੇ ਗੋਤੇ ਤਾਰੀਆਂ ਲਾਵਾਂਗੇ ਤੇ ਚੱਲਦੇ ਆਪਾਂ ਹੁਣ ਤੇ ਪਤਾ ਮੈਨੂੰ ਵੀ ਨਹੀਂ ਹੈਗਾ ਦੇਖ ਦੇਖ ਭੁੱਖ ਜਮਾਂ ਨਹੀਂ ਜਰੀ ਜਾਂਦੀ ਹੈਗੀ ਓਏ ਦੇਖੀ ਚੱਲ ਪਈਆਂ ਚੈਨ ਵਾਲੀਆਂ ਜੇਸੀਬੀਆਂ ਚੱਲ ਪਈਆਂ ਕਿਵੇਂ ਲਾਂਘੇ ਪਾਰਖੇ ਨੇ ਚੱਲ ਮੈਂ ਵੀ ਖਾ ਲੈਂਦਾ ਫਿਰ ਇਕੱਲਾ ਰਹਿ ਜਾਂਦਾ ਫਿਰ ਔਖਾ ਹੋ ਜਾਂਦਾ ਇਹ ਸਾਡੇ ਕੋਲ ਸਮੋਸੇ ਹੈਗੇ ਬਾਬੇ ਉਹ ਪਰਸੋਂ ਵਾਲੇ ਰੱਖੇ ਹੋਏ ਅਸੀਂ ਨੇ ਤਾਜ਼ੇ ਨੇ ਤਾਜ਼ੇ ਸਾਡੇ ਪਿੱਛੇ ਪਏ ਨੇ ਕੋਈ ਚੱਕਰ ਨਹੀਂ ਤਾਜ਼ੇ ਫਿਰ ਖਾਵਾਂਗੇ ਪਹਿਲਾਂ ਬਾਸੀ ਨਮੇੜ ਦੀਏ ਹੋਰ ਚ ਖਰਾਬ ਨਹੀਂ ਕਰਿਆ ਕਰਦੇ ਓਏ ਹਾਂ ਬਸ ਮੈਂ ਤੈਨੂੰ ਤਾਂ ਹੀ ਕਹਿਣਾ ਕਦਾ ਤੈਨੂੰ ਉਤਰਿਆ ਉਤਰ ਕੇ ਚੈੱਕ ਕਰ ਲੈਣਾ ਦੇਖ ਲੈਣ ਦੇ ਹੁਣ ਵੀ ਜਗ੍ਹਾ ਮਿਲੀ ਆ ਕਰਦਾ ਬੈਠਿਆ ਵਿਚਾਰੇ ਸੁਣਦਾ ਨੀ ਕਰਦਾ ਨੀ ਲੜਪੇ 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 ਲੜਾਈ ਹੋ ਗਈ 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 ਪਾਰਕਿੰਗ ਉਹਦੇ ਕੋ ਪੇ ਹੈ ਪਾਰਕਿੰਗ ਹਿੱਲ ਗਏ ਤੁਸੀਂ ਆਪ ਵੀ ਆਪੇ ਅਭੀ ਤੂੰ ਆਪੇ ਹੱਲੇ ਫੜਦਾ ਦੋਸਤ ਗੱਡੀ ਨਾ ਸਾਡਾ ਯਾਰ ਗੱਲ ਨਹੀਂ ਕੋਈ ਬਾਤ ਨਹੀਂ ਜਾ ਫੜਾ ਕੇ ਆ ਕ੍ਰੈਡਿਟ ਹੈਗਾ ਕ੍ਰੈਡਿਟ ਹੈਗਾ ਕ੍ਰੈਡਿਟ ਚਲੋ ਕ੍ਰੈਡਿਟ ਤਾਂ ਫਿਰ ਕਾਰਡ ਪਾਣਾ ਪੈਣਾ ਚੱਲ ਫਿਰ ਚੱਲ ਜਦੋਂ ਬੰਦਾ ਗੱਲ ਗੱਲ ਤੇ ਖਿੱਚੀ ਜਾਵੇ ਨਾ ਸਮਝ ਵੀ ਉਹਨੂੰ ਦੀ ਮਸ਼ੂਕ ਧੋਖਾ ਦੇ ਗਈ ਗਰੰਟੀ ਹੈ ਬਾਬੇ ਇਹ ਮੇਰਾ ਪਰਤਾਇਆ ਹੋਇਆ ਕੱਢਿਆ ਹੋਇਆ ਸੱਟਾ ਹੈਗਾ ਇਹ ਬੰਦਾ ਹੋਰ ਹੋਰ ਕੀ ਨਾ ਤੂੰ ਸਾਲਾ ਝੂਠ ਬੋਲਦੇ ਫੁੱਦੂ ਬਣਾਈ ਜਾਂਦਾ ਹੈਗਾ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਚੰਗੀਆਂ ਗੱਲਾਂ ਜੱਟੇ ਨੇ ਤੂੰ ਕਰਦਾ ਦੇਖਣ ਦਾ ਲਾ ਦਾਂਗੇ ਅਸੀਂ ਕੋਈ ਚੱਕਰੇ ਨਹੀਂ ਇਹਦਾ ਭੱਜਿਆ ਫਿਰੂਗਾ ਵੀ ਇਹਦਾ ਇੱਕ ਹੂਆ ਹੱਥ ਲੱਗ ਜਾਣਾ ਵੀ ਇਹ ਬਣ ਕੀ ਗਿਆ ਮੇਰੇ ਨਾਲ ਇਹ ਤਾਂ ਕਦੇ ਸੁਪਨਾ ਵੀ ਨਹੀਂ ਆਇਆ ਮੈਨੂੰ ਪਹੁੰਚ ਗਏ ਬਾਬੇ ਉਹ ਪਹੁੰਚ ਗਏ ਇੱਥੇ ਲਾਵਾਂਗੇ ਗੋਤੇ ਇਹ ਹੈ ਟੋਬਾ ਨਜ਼ਾਰੇ ਲਾਵਾਂਗੇ ਨਜ਼ਾਰੇ ਆ ਜਾਓ ਤੁਰ ਲਓ ਤੁਹਾਨੂੰ ਕੋਕ ਪਿਆਊਂਗਾ ਕੋਕ ਤੁਸੀਂ ਮੈਥੋਂ ਕਿੰਨਾ ਕੁ ਬੋਰ ਹੋ ਗਏ ਬਾਬੇ ਉਹ ਪਹੁੰਚ ਗਏ ਟਿਕਾਣੇ ਚੱਲ ਚੱਲ ਕੱਢ ਦਿਓ ਕੱਪੜੇ ਮਾਰੋ ਗੋਤੇ ਮਿੰਟ ਮਾਰਾ ਸਮਾਨ ਧਰ ਦੇ ਆ ਜਾਈਏ ਪਹਿਲਾਂ ਭੱਜੇ ਚੱਲ ਸਾਡੇ ਵਾਲੇ ਚੋਬਰ ਹਾਓ ਲੱਗ ਰਹੇ ਇੱਥੇ ਪਾਣੀ ਦੇ ਵਿੱਚ ਛੱਲਾਂ ਕੱਲਾ ਕਿਉਂ ਜਗਸੀਰ ਹੈ ਕਿਉਂ ਲਵੀ ਅੱਜ ਨਾ ਉੱਧਰ ਕੰਮ ਕਰ ਲਈ ਗੋਡਿਆਂ ਵਾਲਾ ਉਹਦੇ ਥੋੜੀ ਬਾਬੇ ਗਲਤੀ ਹੋ ਗਈ ਤਲੱਕਣ ਹੋਰ ਤੀ ਬਾਹਲੀ ਜ਼ਿਆਦਾ ਕਿਉਂ ਤਾਂ ਪੈਨੀ ਹੈਂਦੀ ਪੈਰ ਉਕੜ ਗਿਆ ਸਲਿੱਪ ਹੋ ਗਏ ਥੋੜੇ ਗੋਡੇ ਸੱਟਾ ਗਈ ਤੇ ਠੀਕ ਹੈ ਕਿਵੇਂ ਠੰਡ ਸੱਟ ਹੈ ਹੈਲੋ
ना फोन करके दोबारे का फोन चक्के नेगा फिर कान जी हां जी कोई ना डूंगी डूंगा हाँ इत चलो 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 कट लो कट लो कपड़े नहीं कपड़ा समेत मारो कोई चक्कर नहीं टुट के पै गए लुट के लै गए हुण खा के दुर्द दोबारे फिर मंड गए बेसबर इंसान टेस्टी आ किवें स्वाद अर्श सट्ट है क्यों कान जी आ जा भाई बाद च कुछ नहीं मिलता है हफ्ते बाद गोते मार जाने ठीक है माहौल वधिया एक नंबर च है आजो ना तोले चलिए जवाक चलो 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 कर चलो चलो चिड़ चिड़ तापुरी है तेरी सौ चल 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 रख दे समान रख दे कर मैं तो हफ्ते च पहुंचूंगा हफ्ते च वग गया जरूर बैठिए